ਉਹਨੇ ਦੱਸਿਆ ਵੀ ਆਹ ਹੱਦ ਸ਼ਰ੍ਹਾ ਦਾ ਕੰਮ ਹੈ, ਮੈਂ ਮੇਰੇ ਆਸਥਾਨ ਤੇ ਚੱਕ ਕੇ, ਮੇਰੇ ਦੁਆਰੇ ਤੇ ਚੱਕ ਕੇ, ਮੇਰੇ ਜੇਲ੍ਹ ਦੇ ਵਿੱਚ ਬੰਦ ਕਰਦਾ, ਸ਼ਰ੍ਹਾ ਦਾ ਦੌਰ ਪੈ ਗਿਆ, ਇੱਥੇ ਵੱਸ ਨਹੀਂ ਕਿਸੇ ਨੂੰ। ਸਰਕਾਰੀ ਦਾ ਬਹੁਤ ਔਖਾ ਕੰਮ ਹੈ, ਤੁਸੀਂ ਇਸ ਗੱਲ ਦਾ ਖੜਾ ਜਾਣਦੇ ਹੋ, ਕਹਿੰਦੇ ਹੁਣ ਔਖਾ ਹੈ, ਇਸ ਵਾਸਤੇ ਮੁੜਨਾ ਹੁਣ ਔਖਾ ਹੈ, ਹੁਣ ਨਹੀਂ ਮੁੜ ਸਕਦਾ ਮੈਂ, ਮੁੜ ਕੇ ਜਾਂਦਾ। ਲਓ ਜੀ, ਦੂਜਾ ਮਸਲਾ ਤੇਰਾ ਕਿਹੜਾ ਸੀ ਵੇ? ਕਹਿੰਦਾ ਦੂਜਾ ਮਸਲਾ ਸੀਗਾ ਜੀ, ਮੇਰਾ ਹੱਥ ਸਖਾਵਤ ਆ। ਹਜ਼ਰਤ ਸ਼ਾਹ ਮਨਸੂਰ ਨੇ ਜਾਂ ਮਸਲਾ ਇਹ ਸੁਣਾਇਆ, ਦੂਜਾ ਮਸਲਾ ਹੱਥ ਸਖਾਵਤ ਰਹਿ ਗਿਆ, ਕੀ ਪੱਕਾ ਇਹ ਵੀ ਸਾਡੇ ਕੋਲੋਂ ਸੁਣ ਲੈ, ਜੋ ਰੱਬ ਨੇ ਫਰਮਾਇਆ। ਦੇਖੋ ਕੁਦਰਤ ਰੱਬ ਦੀ, ਇਹ ਕੁਦਰਤ ਖੇਡ ਦਿਖਾਇਆ। ਤਦ ਨੂੰ ਇੱਕ ਮਰਦ ਖੁਦਾ ਦਾ ਰੋਟੀ ਲੈ ਕੇ ਆਇਆ, ਦੋ ਪਰੌਂਠੇ ਹੱਥ ਤੇ ਰੱਖ ਕੇ ਕਰਮੀ ਸੀ ਸੁਣਵਾਇਆ, ਉਸ ਬੰਦੇ ਦੇ ਪਿੱਛੇ ਪਿੱਛੇ ਇੱਕ ਔਸ ਵਾਲੀ ਆ। ਤਿੰਨ ਦਿਨ ਹੋ ਗਏ ਜੇਲ੍ਹ 'ਚ ਬੰਦ ਕਰੇ ਨੂੰ, ਇੱਕ ਬੰਦੇ ਦੇ ਦਿਲ ਦੇ ਵਿੱਚ ਤਰਸ ਆ ਗਿਆ, ਖਿਆਲ ਆ ਗਿਆ ਵੀ ਪਤਾ ਨਹੀਂ ਕਿਸ ਨੇ ਰੋਟੀ ਦਿੱਤੀ ਆ ਜਾਂਦਾ। ਉਹ ਘਰੋਂ ਖਾਣਾ ਤਿਆਰ ਕਰਕੇ ਸ਼ਾਹ ਮਨਸੂਰ ਵਾਸਤੇ ਲੈ ਗਿਆ, ਉਹਦੇ ਪਿੱਛੇ ਸਵਾਲੀ ਲੱਗ ਗਿਆ ਵੀ ਜਿੱਥੇ ਖਾਣਾ ਜਾਊਗਾ ਉੱਥੇ ਜਾ ਕੇ ਸਵਾਲ ਕਰਾਂਗੇ। ਲਓ ਜੀ, ਦੋ ਪਰੌਂਠੇ ਹੱਥ 'ਤੇ ਰੱਖ ਕੇ ਕਰਮੀ ਸੀਸ ਨਵਾਇਆ, ਉਸ ਬੰਦੇ ਦੇ ਪਿੱਛੇ ਪਿੱਛੇ ਇੱਕ ਔਰ ਸਵਾਲੀ ਖਾਇਆ, ਹੱਥ ਪਲ ਕਰਦਾ ਬੇਨਤੀ ਉਹਨੇ ਵਾਸਤੇ ਰੱਬ ਦਾ ਪਾਇਆ, ਕਹਿੰਦਾ ਵਾ ਭੁੱਖਾ ਪਿਆਸਾ ਬਹੁਤ ਆ, ਕੁਛ ਦਿਓ ਨਾਮ ਖੁਦਾਇਆ। ਸ਼ਹਾਦਤ ਸ਼ਾਹ ਮਨਸੂਰ ਨੇ ਉਹ ਖਾਣਾ ਚੱਕ ਉਠਾਇਆ, ਸਾਰਾ ਖਾਣਾ ਚੱਕ ਕੇ ਸਵਾਲੀ ਦੇ ਹੱਥ ਫੜਾਇਆ, ਆਪ ਨਾਲ ਸਬਰ ਦੇ ਬੈਠ ਗਏ, ਨੇ ਭੋਰਾ ਮੂੰਹ 'ਚ ਪਾਇਆ, ਕਹਿੰਦੇ ਆ ਵੇ ਹੱਥ ਸਖਾਵਤ ਵਾਲੀ ਜੋ ਮੈਂ ਕਰਕੇ ਦਿਖਾ। ਸੱਤਾਂ ਦਿਨਾਂ ਦਾ ਭੁੱਖਾ ਹੋਵੇ, ਮਹੀਨੇ ਦਾ ਭੁੱਖਾ ਹੋਵੇ, ਜਦ ਸਵਾਲੀ ਨੇ ਸਵਾਲ ਕਰ ਦਿੱਤਾ ਫਿਰ ਕੋਲੇ ਕੱਖ ਨਹੀਂ ਜਾਂਦਾ, ਫਿਰ ਹਰ ਸ਼ਹਿ ਦੇ ਦੇਣੀ, ਇਹਨੂੰ ਕਹਿੰਦੇ ਨੇ ਹੱਥ ਸਖਾਵਤ। ਕਹਿੰਦਾ ਬਾਬਾ ਜੀ, ਇਹ ਤਾਂ ਬਹੁਤ ਔਖੀਆਂ ਮੰਦਰਾਂ। ਕਹਿੰਦਾ ਤੀਸਰਾ ਮਸਲਾ ਉਹ ਕਹਿੰਦਾ ਜੀ, ਬਾਬਾ ਜੀ ਹੱਦ ਫਕਰ ਦੀ, ਫਕਰ ਦਾ ਮੁਕਾਮ ਕਦੋਂ ਮਿਲਦਾ ਜਾ? ਲਓ ਜੀ, ਹੁਣ ਫਕਰ ਦੀ ਦੱਸਣ ਲੱਗਿਆ। ਕਹਿੰਦਾ ਆਖਿਆ ਸ਼ਾਹ ਮਨਸੂਰ ਨੇ, ਜਰਾ ਖੋਲ ਕੇ ਦੇਖ ਲਿਆ ਅੱਖਾਂ, ਤੀਜਾ ਮਸਲਾ ਹੱਦ ਫਕਰ ਦੀ ਉਹ ਵੀ ਤੈਨੂੰ ਦੱਸਾਂ, ਜੋ ਜੋ ਮੇਰੇ ਸਿਰ ਤੇ ਬਣੀਆਂ, ਹੁਣ ਨਾਲ ਸਬਰ ਦੇ ਕੱਟਾਂ। ਓਏ, ਸਬਰ ਸ਼ੁਕਰ ਦਾ ਮਾਲਕ ਹੁੰਦਾ, ਦੁੱਖ ਫਕਰ ਨੂੰ ਲੰਘਾਂ। ਸਬਰ ਸ਼ੁਕਰ ਦਾ ਇਹ ਮਾਲਕ ਹੁੰਦਾ, ਦੁੱਖ ਫਕਰ ਨੂੰ ਲੱਖਾਂ, ਹੱਡੀਆਂ ਮੇਰੀਆਂ ਤੋੜ ਗਵਾਈਆਂ, ਮਾਤ ਕਹਿੰਦੀਆਂ ਸੱਟਾਂ, ਇਸ ਨਾਲ ਕੁਹਾੜੀਆਂ ਵੱਢਣ ਭਾਵੇਂ, ਹੁਣ ਇਸ ਗੱਲੋਂ ਨਾ ਹੱਟਾਂ, ਭੁੱਖਾਂ ਪੀੜਾਂ ਸਿਰ ਤੇ ਚੱਲਾਂ, ਦੇਖ ਕੇ ਸਬਰ ਦੀਆਂ ਗੱਠਾਂ। ਬਾਬਾ ਜੀ, ਨਫਸ ਬੰਦੇ ਨੂੰ ਡਿੱਗਣ ਨਹੀਂ ਦਿੰਦਾ, ਇਹ ਕਰਦੇ ਪੈਂਦਾ ਝੱਟਾਂ, ਇਹ ਨਫਸ ਸ਼ੈਤਾਨੀ ਵਾਲੀ, ਚੜ ਬੁੱਢੋ ਮੈਂ ਫੱਟਾਂ, ਜਿਗਰੋਂ ਲਾਟ ਹਿਜਰ ਦੀ ਨਿਕਲੇ, ਚਿੰਗ ਪਈ ਵਿੱਚ ਪੱਤਾਂ, ਹੁਣ ਕਹਿਣਾ ਨਹੀਂ ਮੰਨਣਾ ਕਾਜੀਆਂ ਦਾ, ਲੱਖ ਲੱਖ ਦੇਵਣ ਮੱਤਾਂ, ਹੱਥ ਫਕਰ ਦੀ ਪੂਰੀ ਕਰਸਾਂ, ਨਖਤਰਾ ਨਾ ਫੱਟਾਂ, ਕਿਹੜਾ ਸਿਰ ਦੇ ਦੂੰਗਾ ਵਿੱਚ ਮੈਦਾਨ ਦੇ, ਉਹ ਹੁਣ ਨਾ ਛੱਡ ਕੇ ਯਾਰ ਨੂੰ ਨੱਠਾਂ ਉਸ ਵੇਲੇ ਆਣ ਕੇ। ਕੀ ਕਹਿੰਦੇ ਬਿਆਨ ਕਰਕੇ ਦੱਸਦੇ ਹੈ, ਜਦੋਂ ਉਸ ਲੜਕੀ ਨੇ ਝਗੜਾ ਪਾਇਆ ਤੇ ਉਹਦੀ ਮਾਂ ਕਹਿੰਦੀ, ਬੇਟਾ ਕਿਹੋ ਜਿਹਾ ਡੋਰੀਆ? ਆ ਬਜ਼ੁਰਗ ਜਾਣਦੇ ਆ ਵੀ ਉਹਨੇ ਕਿਹੜਾ ਡੋਰੀਆ ਮੰਗਿਆ, ਤੇ ਲੜਕੀ ਕੀ ਆਖਦੀ ਆ, ਡੋਰੀਆ ਲੈ ਦੇ ਨੀ, ਲੈ ਦੇ ਡੋਰੀਆ, ਲੈ ਦੇ ਨੀ, ਮੈਂ ਮਰ ਗਈ ਡੋਰੀਆ, ਲੈ ਦੇ ਨੀ ਮੈਨੂੰ, ਲੈ ਦੇ ਡੋਰੀਆ, ਲੈ ਦੇ ਨੀ, ਮੈਂ ਮੇਲਾ ਦੇਖਣ ਜਾਣਾ ਤਾਂ ਮੁਹੰਮਦ ਨੇ ਉੱਥੇ ਜਾਣਾ।
ਸਭ ਸਿਆਂ ਮੇਰੇ ਨਾਲ ਦੀਆਂ ਸਭ ਸਿਆਂ ਉਹ ਲੈ ਕੇ ਡੋਰੀਏ ਦੀਆਂ ਉਹ ਲੈ ਕੇ ਡੋਰੀਏ ਦੀਆਂ ਮਨ ਕੰਮੀ ਅਪੂਤ ਚ ਪਈਆਂ ਨੇ ਮੇਰੇ ਦਿਲ ਦੀਆਂ ਦਿਲ ਵਿੱਚ ਪਈਆਂ ਮੇਰੇ ਟੁੱਟਦੀ ਮਾਨ ਨ ਮਾਣਾ ਮੇਰੇ ਪੀਰ ਨੇ ਉਹਦੇ ਹੀ ਲੋੜਾਂ ਡੋਰੀਆਂ ਲੈ ਦੇਣੀ ਲੈ ਦੇ ਡੋਰੀਆਂ ਲੈ ਦੇਣੀ ਮਨ ਕੀ ਡੋਰੀਆਂ ਲੈ ਲੈ ਦੇ ਡੋਰੀਆਂ ਲੈ ਦੇਣੀ।
ਡੋਰੀਆ ਹਰ ਕੇ ਫੁੱਲ ਲੈ ਲਿਆ ਡੋਰੀਆ ਹਰ ਕੇ ਕਿਤੇ ਨਾ ਦਖਦਾਈਆਂ ਕਰਕੇ ਕਿਤੇ ਨਾ ਦਖਦਾਈਆਂ ਕਰਕੇ ਉਹ ਮਾਂ ਆਪਣੀ ਨਾਲ ਲੜ ਕੇ ਕਹਿੰਦੀ ਵਿੱਚ ਫੇਰ ਦੇ ਫੜ ਕੇ ਮੈਂ ਰੁਸਿਆ ਪੀਰ ਮਨਾਉਣਾ ਦਿਲ ਪਰ ਯਾਦ ਉੱਤੇ ਆਉਣਾ ਡੋਰੀਆ ਲੈ ਤੇਰੀ ਲੈ ਦੇ ਡੋਰੀਆ ਲੈ ਤੇਰੀ ਮੈਂ ਮਰ ਕੇ ਡੋਰੀਆ ਲੈ ਤੇਰੀ ਮੈਨੂੰ ਲੈ ਦੇ ਡੋਰੀਆ ਲੈ ਤੇਰੀ ਸਾਡੀ ਹਰ ਇਸ਼ਕ ਦੀ ਪੂਰੀ ਹੋ ਜਾਵੇ ਤੇ ਰਿਹਾ ਹੀ ਕੁਛ ਨਾ
ਫਿਰ ਇਸ਼ਕਾਂ ਦਾ ਰਹਿ ਗਿਆ। ਕਾਰਖਾਨੇ ਦਾ ਬਹੁਤ ਔਖਾ ਕੰਮ ਹੈ, ਮੁਲਾਕਾਤ ਕੀਤੀ, ਉਹਦੇ ਚਾਰ ਮਸਲੇ ਦੱਸੇ, ਉਹ ਘਰ ਨੂੰ ਆ ਗਿਆ, ਉਹਦੀ ਕਿਉਂ ਹੁਣ ਜੇਲ੍ਹ ਦੇ ਵਿੱਚ ਬੰਦ। ਦੇਖੋ ਕੁਦਰਤ ਰੱਬ ਦੀ, ਜਾਂ ਫੜ ਕੇ ਦੁਨੀਆਦਾਰਾਂ ਜੇਲ੍ਹ ਖਾਨੇ ਵਿੱਚ ਸਿੱਟਿਆ, ਸ਼ੋਰ ਪੈ ਗਿਆ ਵਿੱਚ ਵਿਤਾਰਾਂ, ਜੇਲ੍ਹ ਖਾਨੇ ਵਿੱਚ ਆਸ਼ਕ ਰੱਬ ਦਾ ਬਾਬਾ ਜੀ ਕਰਦਾ ਸ਼ੁਕਰ ਹਜ਼ਾਰਾਂ। ਸਭ ਕੁਝ ਪਾ ਕੇ
ਕੇ ਸ਼ਾਵੇਂ ਜੰਡ ਕਰੀ ਰਾਣੀ ਬਾਵਾ ਮੌਜ ਫਕੀਰਾਂ ਦੀ ਬਾਵਾ ਮੌਜ ਫਕੀਰਾਂ ਦੀ ਬਾਵਾ ਮੌਜ ਫਕੀਰਾਂ ਦੀ ਬਾਵਾ ਮੌਜ ਫਕੀਰਾਂ ਦੀ ਕਦੇ ਪੈਰ ਦੇਖਾ ਸ਼ਾਲ ਕਦੇ ਗੋਦੜੀ ਤੀਰਾਂ ਦੀ ਬਾਵਾ ਮੌਜ ਫਕੀਰਾਂ ਦੀ ਬਾਵਾ ਮੌਜ ਫਕੀਰਾਂ ਦੀ ਕਦੇ ਪੈਣ ਦੇ ਖਾਸ਼ਾ ਲੱਠਾ ਕਦੇ ਬੋਦੜੀ ਨੀਰਾਂ ਦੀ ਸਿੱਧ ਸਭਾ ਦਾ ਕਲਮਾ ਪੜਦੇ ਸੱਚ ਕਹਿਣ ਤੋਂ ਨਹੀਂ ਉਹ ਡਰਦੇ ਸਿੱਧ ਸਭਾ ਦਾ ਕਲਮਾ ਪੜਦੇ ਸੱਚ ਕਹਿਣ ਤੋਂ ਨਹੀਂ ਉਹ ਡਰਦੇ ਭਾਵੇਂ ਕੋਈ ਜ਼ਾਲਮ ਕਰਦੇ ਸਿਰ ਤੇ ਛਾਂ ਸ਼ਮਸ਼ੀਰਾਂ ਦੀ ਬਾਵਾ ਮੌਜ ਫਕੀਰਾਂ ਦੀ ਬਾਵਾ ਮੌਜ ਫਕੀਰਾਂ ਦੀ ਬਾਵਾ ਮੌਜ ਫਕੀਰਾਂ ਦੀ ਬਾਵਾ ਮੌਜ ਫਕੀਰਾਂ ਦੀ ਕਦੇ ਪੈਣ ਦੇ ਖਾਸ਼ਾ ਲੱਠਾ ਕਦੇ ਗੋਦੜੀ ਨੀਰਾਂ ਦੀ ਸਭ ਕੁਛ ਪਾ ਕੇ ਸਭ ਕੁਛ ਖੋ ਕੇ ਵਿੱਚ ਗੋਦੜੀ ਲਾਲ ਲਗੋ ਕੇ ਸਭ ਕੁਛ ਪਾ ਕੇ ਸਭ ਕੁਛ ਖੋ ਕੇ ਵਿੱਚ ਗੋਦੜੀ ਲਾਲ ਲਗੋ ਕੇ ਕਮਲੇ ਚੱਲੇ ਹੋ ਕੇ ਸ਼ਾਮੇ ਜੰਡ ਕਰੀ ਰਾਂਦੀ ਬਾਵਾ ਮੌਜ ਫਕੀਰਾਂ ਦੀ ਬਾਵਾ ਮੌਜ ਫਕੀਰਾਂ ਦੀ ਕਦੇ ਪੈਣ ਤੇ ਖਾਸ਼ਾ ਲੱਠਾ ਕਦੇ ਗੋਦੜੀ ਰਾਂਦੀ ਤੋਂ ਮੁੱਕੇ ਹੱਥੋਂ ਖਾਲੀ ਪਾਉਣ ਧਮਾਲਾ ਮਾਰਨ ਤਾਲੀ ਤੋਂ ਮੁੱਕੇ ਹੱਥੋਂ ਖਾਲੀ ਪਾਉਣ ਧਮਾਲਾ ਬਾਵਾ ਮੌਜ ਫਕੀਰਾਂ ਦੀ ਕਦੇ ਪੈਣ ਤੇ ਖਾਸ਼ਾ ਲੱਠਾ ਕਦੇ ਗੋਦੜੀ ਨੀਰਾਂ ਦੀ ਲਾਬੇ ਲਈ ਜਿਸ ਵੇਲੇ ਬੌਲਵੀ ਮੁੱਦੇ ਕਾਜ਼ੀ ਇਕੱਠੇ ਹੋ ਕੇ ਹਜ਼ਰਤ ਸ਼ਾਹ ਮਨਸੂਰ ਨੂੰ ਕਹਿੰਦੇ ਬਾਹਰ ਕੱਢ ਲਓ ਇਹਨੂੰ ਇਕੱਲੇ ਨੂੰ ਕੱਢ ਲਓ ਇਹਨੇ ਸਾਰੀ ਕੌਮ ਵਿਗਾੜਤੀ ਸਾਰੇ ਜੇਲ੍ਹ ਦੇ ਕੈਦੀ ਵਿਗਾੜ ਦਿੱਤੇ ਫੜ ਲਓ ਇਹਨੂੰ ਕਹਿੰਦੇ ਦੇਖਦੇ ਕਿੰਨਾ ਕੁ ਯਕੀਨ ਦਾ ਪੱਕਾ ਵਾ ਕਿੰਨੀਆਂ ਕੁ ਸੱਟਾਂ ਝੱਲ ਸਕਦਾ ਹੈ ਇਹਨੂੰ ਦੇਖ ਲੈਂਦੇ ਹਾਂ ਅੱਜ ਖੁੱਲ ਕੇ ਜਾਣਾ ਲਓ ਜੀ ਇੱਕ ਕਾਜ਼ੀ ਬੋਲਦੇ ਅਕਲਾਂ ਦੇ ਬਲਬੀਨ ਹਜ਼ਰਤ ਸ਼ਾਹ ਮਨਸੂਰ ਦਾ ਦੇਖੀਏ ਅੱਜ ਯਕੀਨ ਇਹ ਦੋਸਤ ਮੁੱਲ ਖਰੀਦਾ ਛੱਡ ਰਸੂਲੀ ਦੀਨ ਸਾਹਮਣੇ ਸਾਡੇ ਬੋਲਦਾ ਸਾਡਾ ਕੀ ਦੁਨੀਆਂ ਦੇ ਜੀਣ ਇਹਨੂੰ ਲੈ ਜਾਓ ਵਿੱਚ ਉਜਾੜ ਦੇ ਪਲ ਪਾਣੀ ਨਾ ਦਿਓ ਪੀਣ ਇਹਦੇ ਦੁਰੇ ਮਾਰੋ ਕਹਿਰ ਦੇ ਜਿਹੜੇ ਲਹਿਮ ਕਾਲ ਜਾਂ ਛੀਣ ਇਹਨੂੰ ਕੋਲੂ ਗੱਤ ਪੜਾ ਦਿਓ ਜਾਂ ਪੀੜੋ ਵਿੱਚ ਜ਼ਮੀਨ ਕਹਿੰਦੇ ਇਹਨੂੰ ਕਤਲ ਕਰਾ ਦਿਓ ਇਹਨੂੰ ਮਰਵਾ ਦਿਓ ਜਾ ਕੇ ਪੇਸ਼ ਕੀਤੇ ਫਿਰ ਕਹਿੰਦੇ ਜੀ ਫਤਵਾ ਲਿਖ ਕੇ ਦਿਓ ਇਹਨੂੰ ਅਸੀਂ ਸੰਸਾਰ ਕਰਾਂਗੇ ਇਹ ਗੈਰ ਸ਼ਰਬ ਉਸ ਵਕਤ ਦਾ ਹੁਣ ਵਜਾਤ ਕਰਦਾ